ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹਦੇ ਕੋਲ ਕੀ ਹੈ? ਇਹਦੇ ਕੋਲ ਕੱਖ ਨਹੀਂ। ਤੁਹਾਡੇ ਸਾਹਮਣੇ ਇੱਕ ਮੌਲਵੀ ਜਿੰਨੀ ਦੇਰ ਤੱਕ ਤਰਜ ਨਾ ਲੈ, ਤੁਸੀਂ ਆਉਂਦੇ ਕੱਖ ਨਹੀਂ। ਜਿੱਡਾ ਮਰਜ਼ੀ ਕੋਈ ਇਲਮੀ ਗੁਫ਼ਤਗੂ ਤੁਹਾਡੇ ਸਾਹਮਣੇ ਕਰਦਾ ਹੋਵੇ, ਤੁਸੀਂ ਕਦੀ ਉਹਦੇ ਵੱਲ ਕੰਨ ਨਹੀਂ ਦਿੱਤੇ। ਤੇ ਜਿਹੜਾ ਬੰਦਾ ਤੁਹਾਨੂੰ ਮੀਆਂ ਸਾਹਿਬ ਦਾ ਸ਼ੇਰ ਸੁਣਾ, ਤੁਸੀਂ ਆਉਂਦੇ ਨੇ ਫੱਟੇ ਕੱਢ ਤੇ ਨੇ, ਅੱਜ ਮੌਲਵੀ ਨੇ ਵੱਟ ਕੱਢ ਕੇ ਰੱਖ ਦਿੱਤੇ ਨੇ। ਕਿਉਂ? ਮੀਆਂ ਸਾਹਿਬ ਸੁਣਾਇਆ ਜਿਹੜਾ 24 ਘੰਟੇ ਤੁਸੀਂ ਮੌਲਵੀਆਂ ਨਾਤ ਖਾਨਾ ਕੋਲ ਸੁਣਦੇ ਹੋ, ਉਹ ਮੀਆਂ ਸਾਹਿਬ ਅਗਰ ਤੁਹਾਨੂੰ ਸੁਣਾ ਦੇ ਕੋਈ ਮੌਲਵੀ, ਤੇ ਤੁਸੀਂ ਆਉਂਦੇ ਵੱਟ ਕੱਢ ਛੱਡੇ ਨੇ, ਫੱਟੇ ਮਿਲਦੇ ਨੇ। ਤੇ ਜੇ ਕੋਈ ਇਲਮੀ ਗੱਲ ਦੱਸੇ ਤਾਂ ਆਉਂਦਾ ਮੌਲਵੀ ਵਿਹਲਾ ਹੀ ਸੀ, ਗੱਲ ਖਤਮ ਹੋ ਗਈ। ਮੇਰੇ 15 ਆਪਰੇਸ਼ਨ ਕਰਾ ਦਿੱਤੇ ਨੇ ਲੋਕਾਂ, ਮੈਂ ਮਸਜਿਦ ਵਿੱਚ ਬੈਠਾ 15। ਮੈਨੂੰ ਇੱਕ ਬੰਦਾ ਆਂਦਾ ਜੀ, ਸੁਣਿਆ ਤੁਹਾਡਾ 7-8 ਵਾਰੀ ਆਪਰੇਸ਼ਨ ਹੋ ਗਿਆ। ਮੈਂ ਕਿਹਾ ਕਾਹਦਾ? ਆਂਦਾ ਜੀ ਗਲੇ ਦਾ। ਮੈਂ ਕਿਹਾ ਜੀ ਅੱਛਾ, 7-8 ਵਾਰੀ ਹੋ ਗਿਆ ਤੇ ਮੈਂ ਅਜੇ ਬੋਲਦਾ ਫਿਰ? 7ਵੀਂ ਵਾਰੀ ਤਾਂ ਜੀ ਗਲਾ ਹੀ ਬਾਹਰ ਕੱਢ ਦਿੰਦੇ ਨੇ, ਇੰਨੇ ਵਾਰੀ ਆਪਰੇਸ਼ਨ। ਕਿਆ ਬੰਦੇ ਦਾ ਗਲਾ ਖਰਾਬ ਹੁੰਦਾ? ਬੰਦਾ ਮਰਦ ਇਨਸਾਨ ਬਿਮਾਰ ਹੋ ਸਕਦਾ, ਉਹ ਜੋ ਹੈ ਨਾ ਬਿਮਾਰ ਹੋ ਸਕਦਾ, ਲੇਕਿਨ ਮੈਂ ਉਹ ਗੱਲਾਂ ਮੈਂਬਰ 'ਤੇ ਬਹਿ ਕੇ ਕਰਦਾ ਹੀ ਨਹੀਂ ਜਿਹੜੀਆਂ ਮੇਰੇ ਨਾਲ ਹੋਈਆਂ ਨੇ ਔਰ ਇਸੇ ਇਲਾਕੇ 'ਚ ਹੋਈਆਂ ਨੇ। ਮੈਂ ਕੋਈ ਗਿਲੇ ਕਰਨ ਨਹੀਂ ਆਇਆ, ਲੇਕਿਨ ਮੈਂ ਲੋਕਾਂ ਦੀਆਂ ਗੱਲਾਂ ਸੁਣ ਕੇ ਪਰੇਸ਼ਾਨ ਹੁੰਦਾ ਕਿ ਯਾਰ ਕਿਉਂ ਇੰਝ ਦੀਆਂ ਗੱਲਾਂ ਕਰਦੇ ਨੇ। ਚੋਰ ਵੀ ਕਹੇ ਚੋਰ ਚੋਰ, ਚੋਰੋਂ ਸੇ ਖਬਰਦਾਰ ਰਹੀਏ, ਹੈਂ ਕੰਮ ਵੀ ਖਰਾਬ ਕਰਕੇ ਤੇ ਮੁੜ ਕੇ ਰੌਲਾ ਪਾ ਦੇਣਾ, ਆਪਰੇਸ਼ਨ ਹੋ ਗਿਆ। ਤੁਸੀਂ ਮੇਰੀ ਗੱਲ ਨੂੰ ਨਹੀਂ ਸਮਝੇ ਜਿਹੜੀ ਮੈਂ ਕਰ ਗਿਆ। ਅਗਲੇ ਬੰਦੇ ਦਾ ਬੇੜਾ ਗਰਕ ਕਰਕੇ ਤੇ ਫਿਰ ਆਖਣਾ ਜੀ ਉਹਦਾ ਗਲਾ ਖਰਾਬ ਹੋ ਗਿਆ। ਸਮਝ ਆਈ? ਤੇ ਤੁਸੀਂ ਜਾਣਦੇ ਹੋ ਮਸਜਿਦ ਚ ਖਾਨਾ ਖੁਦਾ ਚ ਬੈਠੇ ਹੋ, ਤੁਸੀਂ ਇਸ ਇਲਾਕੇ ਦੇ ਰਹਿਣ ਵਾਲੇ, ਤੁਹਾਨੂੰ ਪੈਦਾ ਕਰਨ ਵਾਲੇ ਦੀ ਕਸਮ ਲੱਗੇ, ਤੁਸੀਂ ਦੱਸੋ ਜਦੋਂ ਗੁਰਦੇਜ਼ੀ ਇਸ ਇਲਾਕੇ ਚ ਪੜ੍ਹਦਾ ਸੀ ਕਦੀ ਕਿਸੇ ਮੌਲਵੀ ਦਾ ਨਾਂ ਸੁਣਿਆ ਸੀ? ਤੇ ਲੋਕ ਮੁਹੱਬਤ ਕਰਦੇ ਸਨ ਨਾ, ਪਿਆਰ ਕਰਦੇ ਸਨ, ਲੇਕਿਨ ਸਿਰਫ ਲੋਕ ਗਲੇ ਨੂੰ ਪਸੰਦ ਕਰਦੇ ਨੇ। ਜਾਓ ਬਾਬਾ ਜੀ ਮੁਸ਼ਤਾਕ ਅਹਿਮਦ ਸੁਲਤਾਨੀ, ਸਾਰੀ ਜ਼ਿੰਦਗੀ ਹਜ਼ੂਰ ਦੀਆਂ ਨਾਤਾਂ ਪੜ੍ਹੀਆਂ ਅਤੇ ਹਜ਼ੂਰ ਦਾ ਨਾਂ ਲਿਆ, ਅੱਜ ਬਿਮਾਰ ਹੋਇਆ ਤਾਂ ਕੋਈ ਪਤਾ ਲੈਣ ਵਾਸਤੇ ਨਹੀਂ, ਅਤੇ ਜੇ ਕੋਈ ਜਾਵੇ ਤਾਂ ਰੋਂਦਾ ਬੁੱਕ ਬੁੱਕ। ਬਾਬਾ ਮੁਸ਼ਤਾਕ ਸੁਲਤਾਨੀ ਸਾਹਿਬ ਫਰਮਾਉਂਦੇ ਨੇ, ਸ਼ਾਹ ਜੀ ਜਿੰਨੀ ਦੇਰ ਤੱਕ ਬੋਲਦਾ ਸੀ ਲੋਕ ਤੇਰੇ ਲੋਕ ਸਾਡੇ ਸਾਹ, ਇਹਦੀ ਵਜ੍ਹਾ ਤੋਂ ਜੇ ਲੋਕ ਪਿਆਰ ਕਰਦੇ, ਇਹ ਨਹੀਂ ਤਾਂ ਕੁਛ ਵੀ ਨਹੀਂ। ਇਹ ਪਿਆਰ ਹੈ ਸਾਡਾ, ਸਾਡੀ ਨੇਕੀ ਦੀ ਹੱਦ ਇੱਥੋਂ ਤੱਕ। ਅਸੀਂ ਕਿਸੇ ਨਾਲ ਨੇਕੀ ਵੀ ਕਰੀਏ ਤਾਂ ਇਹੀ ਹੈ ਵੀ ਇਹਦੀ ਆਵਾਜ਼ ਬਸ ਖਤਮ ਹੋ ਗਿਆ ਜੀ, ਬਸ ਰਹਿਣ ਦੇ ਜੀ। ਲੇਕਿਨ ਅਗਰ ਤੁਸੀਂ ਨਾ ਉਹਨੂੰ ਬੁਲਾਓਗੇ ਤਾਂ ਦੁਨੀਆਂ 'ਤੇ ਹੋਰ ਵੀ ਆਸ਼ਕ ਲੋਕ ਹੈਣ ਜਿਹੜੇ ਬੁਲਾ ਕੇ ਸੁਣਦੇ, ਜਿਹਨਾਂ ਨੂੰ ਚਾਹ ਹੁੰਦੀ ਹੈ। ਇਸ ਵਾਸਤੇ ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ। ਮੈਂ ਅਰਜ਼ ਕਰ ਰਿਹਾ ਸਾਂ ਕਿ ਬਜਾਏ ਪਛੇਮਾਨ ਹੋਣ ਦੇ ਉਹਨਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੇਰੇ ਆਕਾ ਮੈਂਬਰ 'ਤੇ ਤਸ਼ਰੀਫ ਲੈ ਕੇ ਆ ਗਿਆ, ਸਰਕਾਰ ਮੈਂਬਰ 'ਤੇ